ਹਿੰਦੀ ਦਿਵਸ ਮੌਕੇ ਬੀਜੇਪੀ ਦੇ ਹਿੰਦੀ ਭਾਸ਼ਾ ਨੂੰ ਦੇਸ਼ ਦੀ ਰਾਸ਼ਟਰੀ ਬੋਲੀ ਵਜੋਂ ਅਪਣਾਉਣ ਅਤੇ ਲਾਗੂ ਕਰਨ ਦੇ ਬਿਆਨ ਨੇ ਦੇਸ਼ ਵਾਸੀਆਂ ਲਈ ਵੱਡਾ ਸੰਕਟ ਖੜਾ ਕਰ ਦਿੱਤਾ। ਕੇਂਦਰੀ ਗ੍ਰਹਿ ਮੰਤਰੀ ਅਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਟਵੀਟ ਕਰਕੇ ਕਿਹਾ ਸੀ ਕਿ ਭਾਰਤ ਬਹੁ ਭਾਸ਼ਾਈ ਦੇਸ਼ ਹੈ ਤੇ ਹਰ ਭਾਸ਼ਾ ਦੀ ਆਪਣੀ ਮਹੱਤਤਾ ਹੈ, ਪਰ ਸਾਫ਼ ਤੌਰ ਤੇ ਪੂਰੇ ਦੇਸ਼ ਲਈ ਇੱਕ ਭਾਸ਼ਾ ਜ਼ਰੂਰ ਹੋਣੀ ਚਾਹੀਦੀ ਹੈ ਜਿਸ ਨਾਲ ਭਾਰਤ ਦੀ ਵਿਸ਼ਵ ਪੱਧਰੀ ਪਛਾਣ ਬਣੇਗੀ। ਅਮਿਤ ਸ਼ਾਹ ਮੁਤਾਬਿਕ ਹਿੰਦੀ ਹੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ ਅਤੇ ਇਹੀ ਦੇਸ਼ ਨੂੰ ਇਕਜੁੱਟ ਕਰ ਸਕਦੀ ਹੈ। ਇਨ੍ਹਾਂ ਹੀ ਨਹੀਂ, ਅਮਿਤ ਸ਼ਾਹ ਨੇ ਹਿੰਦੀ ਦਿਵਸ ਮੌਕੇ ਇੱਕ ਸਮਾਗਮ ਵਿੱਚ ਬੋਲਦਿਆਂ ਦੇਸ਼ ਵਾਸੀਆਂ ਨੂੰ ਹਿੰਦੀ ਨੂੰ ਦੁਨੀਆ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣਾਉਣ ਲਈ ਯਤਨ ਕਰਨ ਦੀ ਅਪੀਲ ਵੀ ਕੀਤੀ। ਮਿੱਤਰੋ, ਅਨੇਕ ਪ੍ਰਕਾਰ ਕੀ ਭਾਸ਼ਾ, ਅਨੇਕ ਭਾਸ਼ਾਏ, ਅਨੇਕ ਬੋਲੀਆਂ, ਕਈ ਲੋਕੋ ਕੋ ਲਗਤਾ ਹੈ ਦੇਸ਼ ਕੇ ਲੀਏ ਬੋਝ। मुझे लगता है अनेक भाषाएं, अनेक बोलियां हमारी देश की सबसे बड़ी ताकत है, देश की सबसे बड़ी ताकत। परंतु जरूरत है कि देश की एक भाषा हो जिसके कारण विदेशी भाषाओं को जगह न मिले, और देश की एक भाषा हो इसी दृष्टि को ध्यान में रखते हुए हमारे पुरखों ने, हमारे स्वतंत्र सेनानियों ने राजभाषा की कल्पना की थी और राजभाषा के रूप में हिंदी को स्वीकार किया था। और मैं मानता हूं कि हिंदी को बल देना, हिंदी को प्रचारित करना, हिंदी को प्रसारित करना, हिंदी को संशोधित करना, इसके व्याकरण का शुद्धिकरण करना, इसके साहित्य को एक नए युग के अंदर ले जाना, चाहे वो गद्य हो या पद्य हो, ये सारी हमारे दायित्व है और ये राष्ट्रीय दायित्व है। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਬਿਆਨ ਦਾ ਵੱਖ ਵੱਖ ਪਾਰਟੀਆਂ, DMK, ਕਾਂਗਰਸ, CPI, ਅੰਨਾ DMK, ਤ੍ਰਿਣਮੂਲ ਕਾਂਗਰਸ ਅਤੇ ਹੋਰਾਂ ਨੇ ਸਖ਼ਤ ਵਿਰੋਧ ਕੀਤਾ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਨੇ ਕਿਹਾ ਕਿ ਸਰਕਾਰ ਨੂੰ ਇਹ ਪ੍ਰਚਾਰ ਕਰਨਾ ਕਿ ਹਿੰਦੀ ਦੇਸ਼ ਦੀ ਰਾਸ਼ਟਰ ਭਾਸ਼ਾ ਹੈ ਇਸ ਨੂੰ ਬੰਦ ਕਰਨਾ ਚਾਹੀਦਾ ਅਤੇ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਭਾਰਤ ਦੀਆਂ 22 ਸਰਕਾਰੀ ਭਾਸ਼ਾਵਾਂ ਨੇ ਅਤੇ ਹਰ ਇੱਕ ਨੂੰ ਬਰਾਬਰ ਦੀ ਮਾਨਤਾ ਹੈ। ਅਮਿਤ ਸ਼ਾਹ ਦੇ ਇਸ ਬਿਆਨ ਦਾ ਬਾਕੀਆਂ ਨੇ ਤਾਂ ਬਹੁਤ ਵਿਰੋਧ ਕੀਤਾ, ਪਰ ਬੋਲੀ ਦੇ ਆਧਾਰ ਤੇ ਵੰਡੇ ਗਏ ਪੰਜਾਬੀ ਸੂਬੇ ਦੇ ਮੁੱਖ ਮੰਤਰੀ ਨੂੰ ਸ਼ਾਇਦ ਇਸ ਬਾਰੇ ਪਤਾ ਹੀ ਨਹੀਂ ਲੱਗਿਆ। ਪਰ ਪੰਜਾਬ ਵਿੱਚ ਵਿਰੋਧੀ ਧਿਰ ਦੇ ਸਾਬਕਾ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਅਮਿਤ ਸ਼ਾਹ ਦੀ ਇੱਕ ਦੇਸ਼ ਇੱਕ ਭਾਸ਼ਾ ਵਾਲੀ ਥਿਊਰੀ ਦਾ ਸਖ਼ਤ ਵਿਰੋਧ ਕੀਤਾ। ਅਮਿਤ ਸ਼ਾਹ ਪ੍ਰੋਪਗੇਟ ਕਰ ਰਿਹਾ ਕਿ ਵਨ ਨੇਸ਼ਨ ਵਨ ਲੈਂਗੁਏਜ, ਹਿੰਦੀ ਇੱਕੋ ਲੈਂਗੁਏਜ ਜਿਹੜੀ ਉਹ ਸਾਰੇ ਦੇਸ਼ ਨੂੰ ਗਵਰਨ ਕਰ। ਹਾਊ ਇਜ਼ ਇਟ ਪੋਸੀਬਲ? ਆ ਜਿਹੜਾ ਸਾਡਾ ਦੇਸ਼ ਹੈਗਾ, ਇੱਥੇ ਤਾਂ ਮੇਰਾ ਖਿਆਲ ਆ ਕਿ 100-150 ਮੀਲ 'ਤੇ ਜਾ ਕੇ ਭਾਸ਼ਾ, ਪਹਿਰਾਵਾ, ਕਲਚਰ, ਸੱਭਿਆਚਾਰ ਸਾਰਾ ਕੁਝ ਬਦਲਦਾ, ਧਰਮ ਬਦਲਦੇ ਨੇ। ਤੁਸੀਂ ਸਾਰੀਆਂ ਕੌਮਾਂ ਨੂੰ ਇੱਕ ਭਾਸ਼ਾ ਵਿੱਚ ਕਿੱਦਾਂ ਬੰਨ ਸਕਦੇ ਹੋ? ਇਹ ਅਨਦਰ ਜਿਹਨੂੰ ਕਹਿੰਦੇ ਆ ਕਿ ਇੱਕ ਹਿਡਨ ਏਜੰਡਾ ਜਿਹੜਾ BJP ਦਾ ਅਰਸੇ ਦਾ ਸੀਗਾ, ਉਹ ਇੱਕ ਵੱਡਾ ਹਮਲਾ। ਦੇਸ਼ ਭਰ ਵਿੱਚ ਮਾਂ ਬੋਲੀ ਪ੍ਰੇਮੀ ਮੰਨਦੇ ਨੇ ਕਿ ਹਿੰਦੀ ਨੂੰ ਇਸਦਾ ਬਣਦਾ ਸਨਮਾਨ ਮਿਲਣਾ ਚਾਹੀਦਾ, ਪਰ ਕੋਈ ਵੀ ਬੋਲੀ ਦੂਸਰੀ ਬੋਲੀ ਬੋਲਣ ਵਾਲੇ ਲੋਕਾਂ ਤੇ ਥੋਪੀ ਨਹੀਂ ਜਾਣੀ ਚਾਹੀਦੀ। ਪੰਜਾਬੀ ਮਾਂ ਬੋਲੀ ਤੇ ਇਸ ਸੋਚ ਦਾ ਅਸਰ ਹੋਣਾ ਸ਼ੁਰੂ ਹੋ ਵੀ ਗਿਆ ਹੈ। BJP ਦੀ ਕੇਂਦਰ ਸਰਕਾਰ ਹਿੰਦੀ, ਹਿੰਦੂ ਤੇ ਹਿੰਦੁਸਤਾਨ ਦੇ ਏਜੰਡੇ ਨੂੰ ਲਾਗੂ ਕਰਨ ਦਾ ਯਤਨ ਕਰ ਰਹੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਨੇ ਇਸ ਗੱਲ ਦਾ ਇਲਜ਼ਾਮ 13 ਸਤੰਬਰ ਨੂੰ ਹੋਈ ਘਟਨਾ ਤੋਂ ਬਾਅਦ ਲਾਇਆ। 13 ਸਤੰਬਰ ਨੂੰ ਭਾਸ਼ਾ ਵਿਭਾਗ ਪੰਜਾਬ ਨੇ ਪਟਿਆਲਾ ਦੇ ਵਿੱਚ ਹਿੰਦੀ ਭਾਸ਼ਾ ਦਿਵਸ ਮਨਾਇਆ ਸੀ, ਜਿਸ ਮੌਕੇ ਪੰਜਾਬੀ ਨੂੰ ਗਾਲੀ ਗਲੋਚ ਵਾਲੀ ਭਾਸ਼ਾ ਵਜੋਂ ਦਰਸਾਇਆ ਗਿਆ, ਭਾਸ਼ਾ ਦੱਸਿਆ ਗਿਆ।
ਇਸ ਗੱਲ ਤੋਂ ਪੰਜਾਬੀ ਦੇ ਸ਼੍ਰੋਮਣੀ ਸਾਹਿਤਕਾਰ ਡਾਕਟਰ ਤੇਜਵੰਤ ਮਾਨ ਭੜਕ ਉੱਠੇ ਅਤੇ ਉਹਨਾਂ ਨੇ ਸਟੇਜ 'ਤੇ ਪੰਜਾਬੀ ਦੇ ਹੱਕ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਭਾਸ਼ਾ ਵਿਭਾਗ ਦੀ ਡਾਇਰੈਕਟਰ ਕਰਮਜੀਤ ਕੌਰ ਨੇ ਉਹਨਾਂ ਦੇ ਹੱਥੋਂ ਮਾਈਕ ਖੋਹ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ। ਹਾਲਾਂਕਿ ਡਾਇਰੈਕਟਰ ਕਰਮਜੀਤ ਕੌਰ ਨੇ ਇਹਨਾਂ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ। ਹੁਣ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।